ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਈਜ਼ ਵੀ ਆ ਬੈਕ ਐਂਡ ਇਸ ਵਾਰੀ ਸਤਿੰਦਰ ਸਰ ਬਹੁਤ ਮਤਲਬ ਕਿ ਰਿਕੁਐਸਟ ਤੋਂ ਬਾਅਦ ਜਿਹੜਾ ਦਿੱਲੀ ਆਫਲਾਈਨ ਬੈਚ ਵੀ ਲੈਣ ਲੱਗੇ ਹੈ ਗਾਈਜ਼ ਯੈਸ ਜਿਹੜਾ ਚੰਡੀਗੜ੍ਹ ਹੈ ਉਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ 10th of June ਸਰ ਨੇ ਬੈਚ ਵੀ ਅਨਾਊਂਸ ਕਰਤਾ ਗਾਈਜ਼ ਯੂ ਕੈਨ ਈਵਨ ਕਮ ਟੂ ਯੋਰ ਡੈਲੀ ਐਂਡ ਡੈਲੀ ਵੀ ਜੇ ਤੁਸੀਂ ਆਪਣੀ ਸਟੱਡੀਜ਼ ਪਰਸਿਊ ਕਰ ਰਹੇ ਹੋ ਆਪਣੀ ਕੋਚਿੰਗ ਜਾਂ ਫਿਰ ਆਪਣੀ ਪ੍ਰਿਪਰੇਸ਼ਨ ਤਾਂ ਤੁਸੀਂ ਉੱਥੇ ਵੀ ਸਰ ਨਾਲ ਕਨੈਕਟ ਕਰ ਸਕਦੇ ਹੋ ਅਤੇ ਆਫਲਾਈਨ ਆ ਕੇ ਸਰ ਨੂੰ ਕੋਈ ਵੀ ਤੁਹਾਡੇ ਡਾਊਟਸ ਹੈ ਕਦੇ ਵੀ ਕੁਛ ਹੈ ਤਾਂ ਤੁਸੀਂ ਜਦ ਸਰ ਹੋਣਗੇ ਤੁਹਾਡੇ ਦਿੱਲੀ ਦੇ ਵਿੱਚ ਤੁਸੀਂ ਉੱਥੇ ਆ ਕੇ ਸਰ ਨਾਲ ਕਨੈਕਟ ਕਰ ਸਕਦੇ ਹੋ ਕਿਸੇ ਵੀ ਤਰੀਕੇ ਦਾ ਤੁਹਾਨੂੰ ਡਾਊਟ ਹੈਗਾ ਇਸ 'ਤੇ ਤੁਸੀਂ ਸਰ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਅਤੇ ਟੀਮ ਨੂੰ ਵੀ ਪੁੱਛ ਸਕਦੇ ਹੋ ਵੀ ਆਲਵੇਜ਼ ਹੇਅਰ ਯੈਸ ਗਾਈਜ਼ ਪੰਜਾਬੀ ਲਿਟਰੇਚਰ ਇੱਕ ਬਹੁਤ ਹੀ ਵਧੀਆ ਆਪਸ਼ਨਲ ਹੈ ਜਿਹੜਾ ਬਹੁਤ ਸਕੋਰਿੰਗ ਹੈ ਸਪੈਸੀਫਿਕਲੀ ਪੀਪਲ ਹੂ ਹੈਵ ਅ ਲਿਟਲ ਈਵਨ ਹੋਲਡ ਔਨ ਯੋਰ ਪੰਜਾਬੀ ਅਤੇ ਕਿਉਂਕਿ ਕਈ ਵਾਰੀ ਬੱਚੇ ਜਿਹੜਾ ਇਸ ਚੀਜ਼ ਨੂੰ ਕਨਫਿਊਜ਼ ਜੇ ਮੈਂ ਥੋੜ੍ਹੀ ਜਿਹੀ ਗੱਲ ਕਰ ਰਹੀ ਸੀ ਅਬਾਊਟ ਯੋਰ ਕਨਫਿਊਜ਼ਨ ਅਤੇ ਕਈ ਬੱਚਿਆਂ ਨੂੰ ਇੱਦਾਂ ਲੱਗਦਾ ਕਿ ਸਾਡੀ ਪੰਜਾਬੀ ਵਧੀਆ ਨਹੀਂ ਹੈ ਅਸੀਂ 10th ਤੋਂ ਬਾਅਦ ਨਹੀਂ ਪੜ੍ਹੀ ਹੈ ਬਹੁਤ ਬੱਚਿਆਂ ਨੂੰ ਇਹ ਡਾਊਟ ਹੁੰਦਾ ਹੈ ਕਿ ਕਿਆ ਆਪਾਂ ਤਾਂ ਵੀ ਆਪਾਂ ਜਿਹੜਾ ਇਹ ਪੰਜਾਬੀ ਲਿਟਰੇਚਰ ਆਪਸ਼ਨਲ ਰੱਖ ਸਕਦੇ ਹੋ ਡੈਫੀਨੇਟਲੀ ਗਾਈਜ਼ ਯੈਸ ਇਹ ਆਪਸ਼ਨਲ ਤੁਹਾਨੂੰ ਮਤਲਬ ਕਿ ਜੇ ਤੁਹਾਨੂੰ ਬਹੁਤ ਬੇਸਿਕ ਵੀ ਨੌਲੇਜ ਹੈ ਮਤਲਬ ਕਿ ਤੁਹਾਡੇ ਪੰਜਾਬੀ ਲੈਂਗੁਏਜ ਦੀ ਤਾਂ ਵੀ ਤੁਸੀਂ ਜ਼ਰੂਰ ਰੱਖ ਸਕਦੇ ਹੋ ਇਹਦੇ ਵਿੱਚ ਸਰ ਤੁਹਾਡੀ ਇੰਨੀ ਚੀਜ਼ਾਂ 'ਤੇ ਜਿੱਦਾਂ ਤੁਹਾਡੀ ਹੈਂਡ ਰਾਈਟਿੰਗ ਹੈ ਜਾਂ ਸਪੈਲਿੰਗ ਮਿਸਟੇਕਸ ਉਹਦੇ ਉੱਤੇ ਵੀ ਵਰਕ ਕਰਦੇ ਨੇ ਫਰੋਮ ਦਾ ਡੇ 1 ਸੋ ਜਦ ਤੁਸੀਂ ਮਤਲਬ ਕਿ ਕਨੈਕਟ ਕਰਦੇ ਹੋ ਅਤੇ ਇੱਕ ਟਾਈਮ ਲੱਗਦਾ ਉਸ ਕਨੈਕਸ਼ਨ ਨੂੰ ਬਿਲਡ ਹੋਣ ਲਈ ਵਿਦ ਯੂਰ ਪੰਜਾਬੀ ਐਂਡ ਯੂ ਕਿਉਂਕਿ ਉਹ ਕਾਫੀ ਟਾਈਮ ਤੋਂ ਜਿਹੜਾ ਡਿਟੈਚਡ ਹੁੰਦਾ ਬਟ ਇਟਸ ਵਿਦ ਐਵਰੀਵਨ ਐਵਰੀਵਨ ਇਜ਼ ਲਾਈਕ ਇਨ ਦਾ ਸੇਮ ਪੋਟ ਅਤੇ ਸਰ ਵਿਲ ਇਨਹੈਂਸ ਦੈਟ ਸਪਿਰਿਟ ਇਨ ਯੂ ਐਂਡ ਡੈਫੀਨੇਟਲੀ ਤੁਸੀਂ ਜਿਹੜਾ ਉਸ ਚੀਜ਼ ਨੂੰ ਕਾਊਂਟਰ ਕਰ ਸਕਦੇ ਹੋ ਸੋ ਕਾਲ ਟੀਮ ਰਾਈਟ ਨਾਓ ਫੋਰ ਯੂਰ ਕੁਇਰੀਜ਼ ਥੈਂਕ ਯੂ